ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕਮ ਜੀ। ਉਮੀਦ ਕਰਨੇ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਇਸ ਦੀਆਂ ਮੁਸਕਰਾਉਂਦਿਆਂ ਰੱਖੇ। ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਰਹੇ ਨੇ ਸ਼ੁਰੂ। ਜਿਤਨੇ ਵੀ ਦੋਸਤ ਸਾਡੇ ਚੈਨਲ 'ਤੇ ਅੱਜ ਪਹਿਲੀ ਦਫਾ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਵੀ ਕਰੋ ਅਤੇ ਦੋਸਤਾਂ ਵਿੱਚ ਵੀ ਸ਼ੇਅਰ ਕਰੋ ਅਤੇ ਇੱਕ ਪਿਆਰਾ ਜਿਹਾ ਕਾਮੈਂਟਸ ਲਾਜ਼ਮੀ ਕਰੋ ਅਤੇ ਵੀਡੀਓ ਸ਼ੁਰੂ ਤੋਂ ਲੈ ਕੇ ਆਖਰ ਤੱਕ ਪੂਰੀ ਦੇਖਿਓ ਅਤੇ ਸਾਈਡਾਂ ਦਾ ਨਾਲ ਨਾਲ ਨਜ਼ਾਰਾ ਵੀ ਚੈੱਕ ਕਰੋ। ਠੀਕ ਹੈ, ਬਾਰਿਸ਼ ਅੱਜ ਕਾਫੀ ਜ਼ਿਆਦਾ ਹੋਈ ਹੈ, ਫਿਲਹਾਲ ਬਾਰਿਸ਼ ਰੁਕੀ ਹੈ। ਸੇਮ ਨਾਲੇ ਦੀ ਜੋ ਪਾਣੀ ਚੜਿਆ ਉਹ ਉੱਥੇ ਬੂਟੀ ਵੀ ਰੁਕੀ ਹੈ। ਠੀਕ ਹੈ, ਪਿੱਛੋਂ ਰੋਡ ਰੁੜ ਕੇ ਆਈ ਹੈ ਅਤੇ ਬਾਕੀ ਦੋਸਤ ਭਰਾ ਦੋਵਾਂ ਹਮੇਸ਼ਾ ਦੀ ਤਰ੍ਹਾਂ ਯਾਦ ਰੱਖਿਆ ਕਰੋ ਅਤੇ ਬਾਕੀ ਜਿਹੜਾ ਹੈ ਕੁਰਬਾਨੀ ਵਾਲੀ ਈਦ ਦੇ ਤੀਸਰੇ ਦਿਨ ਉਦੋਂ ਖਤਮ ਸ਼ਰੀਫ ਹੋਇਆ ਬਜ਼ੁਰਗਾਂ ਦਾ ਅਤੇ ਸਲਾਨਾ। ਠੀਕ ਹੈ, ਕਾਫੀ ਅਰਸੇ ਤੋਂ ਹੋ ਰਿਹਾ ਅਤੇ ਉਹਦਾ ਵਾਸਤੇ ਉਸ ਦਿਨ ਥੋੜ੍ਹੀ ਜਿਹੀ ਵੀਡੀਓ ਬਣਾਈ ਗਈ, ਉਹ ਤੁਸੀਂ ਵੀਡੀਓ ਦੇਖੋ, ਤੁਹਾਨੂੰ ਵੀਡੀਓ ਲੱਗੇਗੀ ਚੰਗੀ ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਇਹ ਥੋੜ੍ਹਾ ਜਿਹਾ ਨਜ਼ਾਰਾ ਵੀ ਚੈੱਕ ਕਰਾ ਦਿਆਂਗੇ। ਠੀਕ ਹੈ, ਅਤੇ ਚਲੋ ਪਹਿਲਾਂ ਤੁਸੀਂ ਉਹ ਦੇਖ ਲਓ ਵੀਡੀਓ ਉਸ ਦਿਨ ਬਣਾਈ। ਅੱਜ ਤਾਂ ਕਾਫੀ ਚਿਰ ਬਾਅਦ ਗਰਮੀ ਸ਼ਰਮੀ ਹੁੰਦੀ, ਟਾਈਮ ਨਹੀਂ ਡਾ ਮਿਲਦਾ, ਡੇਰੇ ਵੀ ਜ਼ਰਾ ਘੱਟ ਜਾਵੇਗਾ, ਜਿਹਦੀ ਵਜ੍ਹਾ ਨਾਲ ਅੱਜ ਕੱਲ੍ਹ ਵੀਡੀਓ ਕਬੂਤਰਾਂ ਦੀ ਵੀ ਰੈਗੂਲਰ ਬਣ ਕੇ ਨਹੀਂ ਅਪਲੋਡ ਵੀ ਹੁੰਦੀ ਨਾ, ਅਤੇ ਕੁਝ ਇਨਸ਼ਾਲਾ ਕੁਝ ਦਿਨਾਂ ਨੂੰ ਇਨਸ਼ਾਲਾ ਰੈਗੂਲਰ ਵੀਡੀਓ ਚੜੇ ਕਰੇਗੀ। ਅਤੇ ਚਲੋ ਤੁਸੀਂ ਪਹਿਲਾਂ ਹੁਣ ਦੇਖ ਲਓ, ਉਸ ਦਿਨ ਕੁਝ ਕਲੀਪ ਬਣਾਏ ਉਹ ਦੇਖੋ, ਉਸ ਤੋਂ ਬਾਅਦ ਹੈ ਤੁਸੀਂ ਵੀਡੀਓ ਦੇਖਿਓ, ਤੁਹਾਨੂੰ ਚੰਗੀ ਲੱਗੇਗੀ। ਔਰ ਮੇਰਾ ਕੀ ਕਰ
Thank you.
ਦੇਖੋ ਜ਼ਹਿਨ ਜਿਹੜਾ ਨਾ ਅੱਠਵੀਂ ਪਲੇਟ ਹੈ ਤੇ ਹੁਣ ਵੀ ਦੋ ਰੱਖੀਆਂ ਨੇ ਸਾਹਮਣੇ ਪਲੇਟਾਂ ਨਹੀਂ ਇਹ ਤਾਂ ਲੈ ਦੇਣਾ ਹਾਂ ਜੀ ਦੋਸਤੋ ਭਰਾਓ ਤੁਸੀਂ ਉਹ ਵੀਡੀਓ ਦੇਖ ਚੁੱਕੇ ਹੋ ਬੋਧੇ ਖਤਮ ਸ਼ਰੀਫ ਵਾਲੇ ਦਿਨ ਕੁਝ ਕਲਿੱਪ ਬਣਾਏ ਸੀ ਹੁਣ ਇਸ ਟਾਈਮ ਉਸਤਾਦ ਜਿਹੜਾ ਜੋੜੇ ਇਹ ਲਾਉਂਦੇ ਨੇ ਠੀਕ ਹੈ ਅਤੇ ਮੌਸਮ ਵੀ ਚੰਗਾ ਜੋੜੇ ਲਾਉਣ ਵਾਲਾ ਅਤੇ ਅੱਜ 4 ਅਗਸਤ ਹੈ ਅਤੇ ਬਾਕੀ ਚਲੋ ਇਹ ਜੋੜੇ ਪਿਲਾਉਂਦੇ ਨੇ ਅਸੀਂ ਚਲੋ ਆਪਣਾ ਵਲੋਗ ਤਿਆਰ ਕਰਨੇ ਆ ਇਹ ਮਾਸ਼ਾਅੱਲਾ ਨਵਾਂ ਮਕਾਨ ਤਿਆਰ ਹੋ ਰਿਹਾ ਨਾਲ ਇਹ ਵੀ ਨਵੇਂ ਮਕਾਨ 'ਤੇ ਬਣਦੇ ਨੇ ਠੀਕ ਹੈ ਦੇਖੋ ਜੀ ਗਾਂ ਚੁਗ ਰਹੀ ਆ ਨਾਲ ਇੱਧਰ ਮੱਝਾਂ ਵੀ ਨੇ ਅਤੇ ਬਾਕੀ ਆ ਮੁੰਜੀ ਲੱਗ ਰਹੀ ਹੈ ਥੋੜ੍ਹਾ ਕੋਸ਼ਿਸ਼ ਕਰਨੇ ਆ ਨਜ਼ਦੀਕ ਕਰਕੇ ਵੇਖਣ ਦੀ ਕੋਸ਼ਿਸ਼ ਕਰਨੇ ਆ ਲਾਵੇ ਲੱਗੇ ਨੇ ਮੁੰਜੀ ਲਾ ਇਹ ਦੇਖਿਆ ਜੀ ਇਹ ਲੱਕੜਾ ਜੇ ਉਹਦੇ ਨਾਲ ਫਿਲਹਾਲ ਬੂਟੀ ਰੁਕੀ ਹੈ ਅਤੇ ਪਾਣੀ ਤਕਰੀਬਨ ਫੁੱਲ ਹੈ ਬਾਕੀ ਵੀ ਜਿਹੜਾ ਹੈ ਸੂਹਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਨਾ ਅਤੇ ਜਿਹੜੀ ਇਹ ਹੈ ਪੂਲੀ ਪਰ ਨਜ਼ਰ ਆ ਰਹੀ ਹੈ ਸਾਹਮਣੇ ਦਰਮਿਆਨ ਵੀ ਸਕਰੀਨ ਇਸ ਤੋਂ ਪਰਲੀ ਸਾਈਡ ਤੋਂ ਨਾ ਉਹਦੀ ਪਰਲੀ ਸਾਈਡ ਤੋਂ ਇਸ ਪਾਸੇ ਪਾਣੀ ਪਰ ਨਿਕਲਦਾ ਉਹ ਐਂ ਫਿਰ ਕੇ ਇਹ ਦੇਖਿਆ ਜੀ ਇਹ ਸੂਹੇ ਦੇ ਨਾਲ ਇੱਥੋਂ ਫਿਰ ਸੂਹੇ ਵਿੱਚ ਆ ਕੇ ਦਾਖਲ ਹੋ ਜਾਂਦਾ ਮੇਰੇ ਅੰਦਾਜ਼ੇ ਵਿੱਚ ਜਿਹੜਾ ਨਾ ਅਤੇ ਬਾਕੀ ਸੂਹਾ ਬਿਲਕੁਲ ਟਨੋ ਟਨ ਹੋਏ ਹੈ ਸਾਹਮਣੇ ਬੱਕਰੀਆਂ ਚੁਗਦੀਆਂ ਜੇ ਪਈਆਂ ਅਤੇ ਸੂਹੇ ਵਾਲਾ ਪਾਣੀ ਵੀ ਕੋਸ਼ਿਸ਼ ਕਰਨੇ ਆ ਤੁਹਾਨੂੰ ਦਿਖਾਉਣ ਦੀ ਇਹ ਸੂਹੇ ਦੇ ਵਿੱਚ ਵਾਲਾ ਪਾਣੀ ਨਜ਼ਰ ਆ ਰਿਹਾ ਜਿਹੜਾ ਮਕਾਨ ਤੂੰ ਨਾਲੂ ਰਹਿੰਦਾ ਇਹ ਸੂਹੇ ਦੇ ਅੰਦਰ ਪਾਣੀ ਹੈ ਨਾ ਮੌਜੂਦ ਅਤੇ ਖੁਦ ਹਿਸਾਬ ਲਾ ਲਓ ਅਤੇ ਕਾਫੀ ਚੜਿਆ ਇਹ ਵੀ ਇਹ ਸਾਹਮਣੇ ਅਤੇ ਬਾਕੀ ਜਿਹੜਾ ਇਹ ਪੂਲੀ ਵੀ ਜਿਹੜਾ ਅੱਧੀ ਜੀ ਕਰੈਕ ਹੋ ਗਈ ਪਰਲੀ ਸਾਈਡ ਤੋਂ ਇੱਕ ਸਾਈਡ ਤੋਂ ਰਸਤਾ ਜੀ ਖੁੱਲ੍ਹੇ ਆ ਜਿਹਦਾ ਇੰਤਜ਼ਾਮੀਆਂ ਨੇ ਕੋਈ ਵੇਲੇ ਸਿਰ ਬੰਦੋਬਸਤ ਨਾ ਕੀਤਾ ਅਤੇ ਕਾਫੀ ਨੁਕਸਾਨ ਹੋ ਸਕਦਾ ਕਿਉਂਕਿ ਇਹੋ ਜਿਹੀ ਚੀਜ਼ ਦੁਬਾਰਾ ਬਣਾਉਣੀ ਫਿਰ ਮੁਸ਼ਕਲ ਹੁੰਦੀ ਹੈ ਅਤੇ ਪਾਣੀ ਫਿਰ ਅੱਜ ਕੱਲ੍ਹ ਖੁਦ ਹਿਸਾਬ ਲਾ ਲਓ ਮੁੜੀਆਂ 'ਚ ਰੱਜ ਪਾਣੀ ਖਲੇ ਆ ਠੀਕ ਹੈ ਬਾਕੀ ਮਸਜਿਦ ਦਾ ਕੰਮ ਚੈੱਕ ਕਰੋ ਮਾਸ਼ਾਅੱਲਾ ਬਾਰਿਸ਼ ਬੁਰਸ਼ ਦੀ ਪ੍ਰੋਬਲਮ ਹੈ ਅਤੇ ਵੈਸੇ ਫਿਲਹਾਲ ਠੀਕ ਜਾ ਰਿਹਾ ਖਾਤਾ ਅਤੇ ਬਾਕੀ ਜਿਹੜਾ ਉਮੀਦ ਕਰਨੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਕੋਈ ਗਲਤੀ ਹੋਈ ਹੈ ਤਾਂ ਮਾਫ਼ ਕਰਿਓ ਇਸੇ ਦੁਆ ਦੇ ਨਾਲ ਕਿ ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ ਇਸ ਦੀਆਂ ਮੁਸਕਰਾਉਂਦਿਆਂ ਰੱਖੇ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਅਤੇ ਅੱਲਾਹ ਦੇ ਹਵਾਲੇ